Hello. ਸ਼ੁਕਰ ਅਲਹਮਦੁਲਿਲਾ। ਅਸਲਾਮ ਵਾਲੇਕੁਮ ਵੱਡੇ ਭੈਣ ਵਾਲੇਕੁਮ ਸਲਾਮ ਭਾਈ ਤਾਰਿਕ, ਕੀ ਹਾਲ ਹੈ? ਅਲਹਮਦੁਲਿਲਾ, ਦੁਆਵਾਂ ਤੁਹਾਡੇ ਹੱਥ ਤੇ ਕਰਾਂ ਬਹੁਤ ਸੋਹਣੇ ਦੀ ਜਾਨ ਪਾਕ ਦਾ। ਤੇ ਮੈਂ ਕਹਿੰਦਾ ਯਕੀਨ ਕਰੋ ਰੂਹ ਤਾਜ਼ਾ ਹੋ ਗਈ ਹੈ ਨਾ। ਇਹਦੇ ਨਾਲ ਬਾਅਦ ਕਿਹੜੀਆਂ ਵੱਡੇ ਭੈਣ ਯਾਦ ਆਉਂਦੇ ਆ। ਨਿਕਲ ਸਹੀ ਤੋਰਨ ਦੀ ਜਾਨ ਸੀ ਨਹੀਂ ਸੀ, ਬਿਲਕੁਲ, ਲੇਕਿਨ ਯਾਦ ਜ਼ਰੂਰ ਸੀ ਜੀ, ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਜ਼ਿੰਦਗੀ ਦਾ ਕੋਈ ਪਿਛਲੀਆਂ ਗੱਲਾਂ ਵੀ ਪਿਛਲੇ ਹਫ਼ਤੇ ਵਾਲੀਆਂ ਭੁੱਲੀਆਂ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿਰਕ ਦੀ। ਆਹੋ, ਬਿਲਕੁਲ ਇਸੇ ਤਰ੍ਹਾਂ। ਅੱਛਾ, ਮੈਨੂੰ ਖੁਰੀਆਂ ਬੰਨਣ ਵਾਲੀ। ਆਹੋ ਆਹੋ, ਬਿਲਕੁਲ। ਅੱਛਾ, ਮੈਨੂੰ ਦੱਸੋ ਜ਼ਿੰਦਗੀ ਦਾ ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਇੱਕ ਵਾਰੀ ਉਹਨੇ ਥੋੜਾ ਜਿਹਾ ਪਰੇਸ਼ਾਨ ਔਰ ਹੈਰਾਨ ਕੀਤਾ ਹੋਵੇ? ਮੇਰੇ ਨਾਲ ਇਹ ਵਾਕਿਆ ਜਿਹੜਾ ਨਾ, ਸਭ ਤੋਂ ਮੇਰੀ ਜ਼ਿੰਦਗੀ ਚ ਅਹਿਮ ਵਾਕਿਆ ਜਿਹੜਾ ਨਾ ਵੱਡੇ ਭੈਣ, ਇਹ ਰੇਡੀਓ ਨਾਲ ਹੀ ਵਾਬਸਤਾ। ਮੈਂ ਮਾਜ਼ੀ ਚ ਨਾ, ਮੇਰੀ ਸੋਸਾਇਟੀ ਬਹੁਤ ਗਲਤ ਸੀ ਜੀ ਭੈਣ, ਤੇ ਰੇਡੀਓ ਸੁਣਨ ਨਾਲ ਠੀਕ ਹੋ ਗਈ। ਇੱਕ ਲਾਮੇ ਦੇ ਵਿੱਚ ਨਾ ਮੇਰੀ ਲਾਈਫ ਨੂੰ ਤੇ ਮੈਨੂੰ ਬਦਲ ਕੇ ਰੱਖ ਦਿੱਤਾ। ਐਸੀ ਪਰਸਨੈਲਿਟੀ ਮੈਨੂੰ ਮਿਲੀ ਰੇਡੀਓ ਤੇ, ਇੱਥੇ ਐਫਐਮ 95 ਤੇ ਮਰਹੂਮ ਅਸਲਮ ਕੌਲਸਰੀ। ਹਾਂ, ਮਾਸ਼ਾਅੱਲਾ, ਬਹੁਤ ਵੱਡੇ ਬਾਤ ਬੰਦੇ ਸਨ ਉਹ। ਹਾਂ, ਔਰ ਅਦਬ ਚ ਬਹੁਤ ਵੱਡਾ ਨਾਮ ਜੀ ਜੀ, ਬਹੁਤ ਵੱਡਾ ਨਾਮ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਤੇ ਉਹਨਾਂ ਨੇ ਇੱਕ ਲਾਮੇ ਚ ਮੇਰੀ ਲਾਈਫ ਨੂੰ ਬਦਲ ਦਿੱਤਾ ਤੇ ਮੈਨੂੰ ਵੀ ਐਸਾ ਬਦਲ ਕੇ ਰੱਖ ਦਿੱਤਾ। ਮੈਂ ਕਹਿੰਦਾ ਮੈਨੂੰ ਪਤਾ ਹੀ ਉਦੋਂ ਲੱਗਾ ਕਿ ਜ਼ਿੰਦਗੀ ਕੀ ਹੈ, ਬਹੁਤ ਅੱਛਾ, ਜੀਣਾ ਕੀ ਹੈ। ਬਹੁਤ ਅੱਛੇ, ਬਹੁਤ ਅੱਛੇ ਤਾਰਿਕ ਸਾਹਿਬ, ਤੁਸੀਂ ਆਏ, ਬਹੁਤ ਅੱਛਾ ਲੱਗਾ। ਸਲਾਮਤ ਰਹੋ ਔਰ ਹਮੇਸ਼ਾ ਗੇੜਾ ਲਾਉਂਦੇ ਰਹੋ ਕਲਾਸਿਕ ਟਾਈਮ ਵਿੱਚ, ਇਨਸ਼ਾਅੱਲਾ ਜੀ। ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ ਜੀ, ਲਈ ਹਮੇਸ਼ਾ ਦੁਆ ਕਰੋ। ਖੈਰ, ਤੁਹਾਡੇ ਦਾ ਅੱਲਾ ਨੇ ਕੇ ਬਾਨ ਸਦਾ ਜੀਵੇ, ਸੋਹਣਾ ਪਾਕਿਸਤਾਨ, ਖੈਰ ਹੋਵੇ।